ਅੱਜ ਇੰਡੀਕੇਟਰ ਆਨ ਕਰ ਦਿੱਤਾ, ਕੰਮ ਦੀ ਗੱਲ ਦੱਸੀ ਹੈ ਨਾ, ਮੈਂ ਭੁੱਲ ਗਿਆ ਸੀ ਕੈਲੀਬ੍ਰੇਸ਼ਨ ਕਰਨ ਵਾਸਤੇ ਕੈਲੀਬ੍ਰੇਸ਼ਨ ਦਾ ਬਟਨ ਦਬਾਇਆ, ਫਿਰ ਇਹਦਾ ਪਾਸਵਰਡ ਲਾਇਆ। ਨਾ ਸਰ ਜੀ ਮੈਂ ਨਾ ਐਰੋਪਲੇਨ ਤਾਂ ਨਹੀਂ ਲਾਉਂਦਾ, ਵਿੱਚੋਂ ਕਾਲਾਂ ਜ਼ਰੂਰੀ ਵੀ ਆ ਜਾਂਦੀਆਂ ਨੇ। ਇਹ ਡੇ ਆਨ ਆ ਗਿਆ 10, ਯਾਨੀ ਕਿ 10 ਕਿਲੋ ਤਾਂ ਚੱਲਦਾ ਪਿਆ, 10 ਲੋਡ ਸੈੱਲ ਸ਼ੋ ਹੋ ਗਏ, ਇਹ ਡਿਵੀਜ਼ਨ ਆ ਗਈ ਇਹਦੀ, ਇਹ ਡੈਸੀਮਲ ਪੁਆਇੰਟ ਆ ਗਿਆ, ਪਿੰਨ ਕੋਡ ਆ ਗਿਆ, ਇਹ ਕਪੈਸਿਟੀ ਦੁਬਾਰਾ ਲਿਖ ਦਿਉ, ਡੇਟ 1,50,000, ਫਿਰ ਇਨਪੁੱਟ ਨੋ ਲੋਡ, ਫਿਰ ਇਨਪੁੱਟ। ਅੱਜ ਜਦੋਂ ਐਡ ਲੋਡ ਆ ਜਾਵੇ ਤਾਂ ਗੱਡੀ ਦਾ ਵਜ਼ਨ ਲਿਖਣਾ, ਸਾਡੇ ਕੋਲ ਹੈਗਾ 48,790। ਲਿਆਓ ਫੋਜ ਸਾਹਿਬ ਗੱਡੀ ਲਿਆਓ, ਗੱਡੀ ਆ ਰਹੀ, ਦਰਮਿਆਨ 'ਚ ਗੱਡੀ ਖੜੀ ਕਰਾ ਦਿਓ। ਉਹ ਗੱਡੀ ਆ ਗਈ ਕੱਢੇ 'ਤੇ, ਫਿਰ ਬੰਦਾ ਲੈ ਗਿਆ, ਹੁਣ ਇਨਪੁੱਟ ਦਵਾਈ ਜਾਣਾ ਉਦੋਂ ਤੱਕ ਜਦੋਂ ਸਾਡਾ ਵਜ਼ਨ ਸ਼ੋ ਨਹੀਂ ਹੁੰਦਾ। ਚਲੋ ਓਕੇ।